ਇੱਕ ਵਿਅਕਤੀ ਦੇ ਨਾਲ 7 ਲੱਖ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੇ ਆਪਣੇ GPF ਫੰਡ ਦੇ ਵਿੱਚੋਂ 11 ਲੱਖ ਰੁਪਏ ਇੱਕ ਥਾਂ ਖਰੀਦਣ ਦੇ ਲਈ ਕਢਵਾਏ ਸੀ, ਪਰ ਉਸਦੇ ਵੱਲੋਂ ਜਦੋਂ ਉਸਦੇ ਵਿੱਚੋਂ ਕੁਛ ਰਕਮ ਆਪਣੇ ਬੇਟੇ ਦੇ ਖਾਤੇ ਦੇ ਵਿੱਚ ਜਮ੍ਹਾਂ ਕਰਵਾਈ ਤਾਂ ਉਸਦੇ ਵਿੱਚੋਂ 7,20,000 ਰੁਪਏ ਗਾਇਬ ਹੋ ਗਏ। ਤਾਂ ਜਿਸ ਤੋਂ ਬਾਅਦ ਹੁਣ ਉਸਦੀ ਸੂਚਨਾ ਜੋ ਹੈ ਉਹ ਬੈਂਕ ਮੈਨੇਜਰ ਅਤੇ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਮਾਮਲੇ ਦੇ ਵਿੱਚ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਤਾਂ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਸ਼ਖਸ ਜੋ ਕਿ BBMB ਦੇ ਵਿੱਚ ਨੌਕਰੀ ਕਰਦਾ ਅਤੇ ਉਸਨੇ ਇੱਕ ਥਾਂ ਖਰੀਦਣ ਦੇ ਲਈ ਆਪਣੇ GPF ਫੰਡ ਦੇ ਵਿੱਚੋਂ 11 ਲੱਖ ਰੁਪਏ ਕਢਾਏ ਸੀ ਅਤੇ ਸਾਰੇ ਹੀ ਪੈਸੇ ਉਸਨੇ ਆਪਣੇ ਬੇਟੇ ਦੇ ਅਕਾਊਂਟ ਵਿੱਚ ਜਮ੍ਹਾਂ ਕਰ ਦਿੱਤੇ ਸੀ। ਪਰ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਹਨਾਂ ਨੇ ਇੱਕ FD ਵੀ ਕਰਵਾਈ ਸੀ ਅਤੇ ਜਦੋਂ ਹੁਣ ਉਹ ਪੈਸੇ ਲੈਣ ਦੇ ਲਈ ਪਹੁੰਚੇ ਤਾਂ ਉਸਦੇ ਵਿੱਚੋਂ ਸਿਰਫ ਉਹਨਾਂ ਕੋਲ 4 ਲੱਖ ਰੁਪਇਆ ਹੀ ਬਚਿਆ, ਜਿਸ ਤੋਂ ਬਾਅਦ 7,20,000 ਰੁਪਏ ਉਹਨਾਂ ਦੇ ਅਕਾਊਂਟ 'ਚੋਂ ਗਾਇਬ ਹੋ ਗਏ। ਹਾਲਾਂਕਿ ਉਹਨਾਂ ਦੇ ਵੱਲੋਂ ਹੁਣ ਗੁਹਾਰ ਲਗਾਈ ਜਾ ਰਹੀ ਹੈ ਕਿ ਆਖਰ ਇਹ ਗਾਇਬ ਹੋਇਆ ਪੈਸਾ ਗਿਆ ਕਿੱਥੇ ਹੈ। ਤਾਂ ਦੱਸ ਦਈਏ ਕਿ ਜੋ ਵਿਅਕਤੀ ਹੈ BBMB 'ਚ ਨੌਕਰੀ ਕਰਦਾ ਅਤੇ ਦਿਵਿਆਂਗ ਕਿਹਾ ਜਾ ਰਿਹਾ ਹੈ, ਅਤੇ ਦੱਸ ਦਈਏ ਕਿ ਹੁਣ ਉਸਦੇ ਵੱਲੋਂ ਇਨਸਾਫ ਦੀ ਗੁਹਾਰ ਜੋ ਹੈ ਪੁਲਿਸ ਦੇ ਕੋਲ ਲਗਾਈ ਗਈ ਹੈ। ਅਤੇ ਮੈਂ ਜਗ੍ਹਾ ਲਿਆਉਣ ਵਾਸਤੇ ਫੰਡ 'ਚੋਂ 11 ਲੱਖ ਕਢਾਇਆ ਸੀਗਾ ਅਤੇ ਮੈਂ ਆਂਗੀ ਹੋਣ ਦੇ ਨਾਤੇ ਲੱਤਾਂ ਦੋਵੇਂ ਮੇਰੀ ਫ੍ਰੈਕਚਰ ਨੇ ਅਤੇ ਮੈਂ ਦੌੜ ਭੱਜ ਨਾ ਕਰ ਸਕਦਾ, ਆਪਣੇ ਮੁੰਡੇ ਨਾਲ ਖਾਤੇ ਜਮ੍ਹਾਂ ਕਰਾਏ ਅਤੇ ਉਹਨਾਂ ਵਿੱਚੋਂ 7,20,000 ਰੁਪਇਆ ਗਾਇਬ ਹੋ ਗਿਆ ਅਤੇ ਅਸੀਂ ਬੈਂਕ ਮੈਨੇਜਰ ਨੂੰ ਇਸ ਪੈਸੇ ਸ਼ਿਕਾਇਤ ਕੀਤੀ ਅਤੇ ਥਾਣੇ ਵੀ ਰਿਪੋਰਟ ਕੀਤੀ ਹੈ ਅਤੇ ਜਿਹੜੇ ਪੈਸੇ ਸਾਡੇ ਗਏ ਅਤੇ ਘੱਟ ਘੱਟ ਛੇਤੀ ਨੂੰ ਸਾਫ ਪੈਸੇ ਸਾਡੇ ਖਾਤੇ ਵਾਸਤੇ ਇਹ ਪਤਾ ਨਹੀਂ ਵੀ FD ਕਰਾਈ ਸੀ ਬੈਂਕ ਦੇ ਵਿੱਚ ਅਤੇ ਉਹ 7,20,000 ਰੁਪਇਆ ਗਾਇਬ ਕੀਤਾ। ਅਸੀਂ ਪਿੰਡ ਬਿਆਨਾ ਜੇ ਕੇ ਆਏ ਜਗ੍ਹਾ ਦਾ ਅਤੇ ਅਸੀਂ ਕੱਲ੍ਹ ਆਏ ਇੱਥੇ ਅਤੇ ਉਹ 7,20,000 ਰੁਪਇਆ ਗਾਇਬ ਹੋਇਆ ਵਿੱਚੋਂ ਦੇ ਸੋਚਿਆ ਵੀ ਮੈਂ ਬਾਰ ਬਾਰ ਕਢਾਉਣ ਦੇ ਜਾਊਂਗਾ ਤਾਂ ਆਪਣੇ ਬੱਚਿਆਂ ਦੇ ਮੁੰਡੇ ਦੇ ਨਾਂ ਤੇ ਖਾਤੇ ਚ ਖੁਲਾ ਕੇ ਉਹਦੇ ਚ ਯਾਨੀ ਕਿ 11 ਲੱਖ ਰੁਪਇਆ ਜਮ੍ਹਾਂ ਕਰਾ ਦਿੱਤਾ ਇਹਨਾਂ ਨੇ ਸਟੇਟ ਬੈਂਕ ਦੇ ਵਿੱਚ। ਤੇ ਇਹ ਪਰਿਵਾਰ ਇੰਨਾ ਪੜ੍ਹਿਆ ਲਿਖਿਆ ਵੀ ਹੈ ਨਹੀਂ, ਜਾਣੂ ਵੀ ਨਹੀਂ ਸੀਗਾ ਮੋਬਾਈਲ 'ਤੇ ਕੋਈ ਕੋਈ ਜਿੱਦਾਂ ਐਪ ਜਾਂ ਕੋਈ ਇਹਨਾਂ ਕੋਲ ਗਲਤ ਡਾਊਨਲੋਡ ਹੋ ਗਈ ਜਾਂ ਕੋਈ ਕੋਈ ਇਹਨਾਂ ਨੂੰ ਮੈਸੇਜ ਜਿੱਦਾਂ ਲਿੰਕ ਹੋਇਆ ਉਹ ਕਲਿੱਕ ਹੋ ਗਿਆ, ਇਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਵੀ ਨਾ ਇਹਨਾਂ ਨੂੰ ਕਹਿੰਦੇ OTP ਸ਼ੇਅਰ ਵੀ ਨਹੀਂ ਕੀਤਾ, ਤਾਂ ਵੀ ਇਹਨਾਂ ਦੇ ਖਾਤੇ ਦੇ ਵਿੱਚੋਂ ਜਿਹੜੇ ਪੈਸੇ ਹੈਗੇ ਉਹ 11 ਲੱਖ ਦੇ ਵਿੱਚੋਂ ਉਹ 7,20,000 ਉੱਡ ਗਿਆ, ਯਾਨੀ ਕਿ ਉਹ ਚੋਰੀ ਹੁੰਦਾ ਰਿਹਾ ਹੌਲੀ ਹੌਲੀ। ਇਹਨਾਂ ਨੂੰ ਨਹੀਂ ਪਤਾ ਲੱਗਿਆ ਜਦੋਂ ਇਹਨਾਂ ਨੇ ਉਹ ਕੱਲ੍ਹ ਇਹ ਆਪਣੇ ਬੈਂਕ 'ਚ ਗਏ ਪੈਸੇ ਕਢਾਉਣ ਵਾਸਤੇ ਤਾਂ ਫਿਰ ਇਹਨਾਂ ਨੇ ਉਹ ਦੇਖਿਆ ਵੀ ਉਹ ਕਹਿੰਦੇ ਪੈਸੇ ਖਾਤੇ 'ਚ ਪੈਸੇ ਨਹੀਂ ਹੈਗੇ, ਫਿਰ ਇਹਨਾਂ ਨੇ ਇੱਧਰ ਉੱਧਰ ਦੌੜ ਭੱਜ ਕੀਤੀ ਸਾਡੇ ਨਾਲ ਸੰਪਰਕ ਕੀਤਾ, ਫਿਰ ਅਸੀਂ ਬੈਂਕ ਗਏ ਬੈਂਕ ਦੇ ਵਿੱਚ ਸਾਰੀ ਪਤਾ ਕੀਤਾ ਤਾਂ ਜੋ ਇਹਨਾਂ ਨੇ ਜਿਹੜੇ ਉਹ ਉਹਨਾਂ ਨੇ ਪੈਸਾ ਜਿਹੜਾ ਮਿਊਚੁਅਲ ਫੰਡ ਦੇ ਵਿੱਚ ਜਿਹੜਾ 11 ਲੱਖ ਰੁਪਏ ਲਾਇਆ ਸੀਗਾ ਉਹ ਕਿਸੇ ਹੋਰ ਯਾਨੀ ਕਿ ਉਹਦੇ ਵਿੱਚੋਂ ਟ੍ਰਾਂਸਫਰ ਹੋ ਗਿਆ ਕਿਤੇ ਅਦਰ ਅਕਾਊਂਟ ਦੇ ਵਿੱਚ, ਉਹ ਹੁਣ ਉਹਦੀ ਜਾਂਚ ਆਪਾਂ ਅਪੀਲ ਕਰਾਂਗੇ ਵੀ ਸਟੇਟ ਬੈਂਕ ਵਾਲੇ ਵੀ ਕਰਨਗੇ ਅਤੇ ਨਾਲ ਹੀ ਜਿਹੜਾ ਸਾਈਬਰ ਕ੍ਰਾਈਮ ਨੂੰ ਵੀ ਅਸੀਂ ਯਾਨੀ ਕਿ ਸਾਰੀ ਰਿਪੋਰਟ ਬਣਾ ਕੇ ਦੇਵਾਂਗੇ, ਥਾਣੇ ਵੀ ਦੀ ਇਤਲਾਹ ਦਿੱਤੀ ਹੈ ਅਤੇ ਇਹ ਪਰਿਵਾਰ ਨਾਲ ਬਹੁਤ ਮਾੜਾ ਹੋਇਆ। ਮੇਰੀ ਇਹ ਮੰਗ ਹੈ ਕਿ ਇਹਨਾਂ ਨੂੰ ਜਿਹੜਾ ਪੈਸਾ ਇਹਨਾਂ ਦਾ ਜਿਹੜਾ ਯਾਨੀ ਡੁੱਬ ਗਿਆ ਜਾਂ ਚੱਲ ਗਿਆ ਕਿਸੇ ਹੋਰ ਖਾਤੇ 'ਚ ਉਹ ਇਹਨਾਂ ਨੂੰ ਵਾਪਸ ਦਵਾਇਆ ਜਾਏ। ਹੋਰ ਪਬਲਿਕ ਅੱਗੇ ਵੀ ਭਾਈ ਅਪੀਲ ਹੈ ਵੀ ਕੋਈ ਵੀ ਮੋਬਾਈਲ 'ਤੇ OTP ਆਉਂਦਾ ਜਾਂ ਕੋਈ ਵੀ ਲਿੰਕ ਆਉਂਦੇ ਆ ਉਹਨਾਂ ਨੂੰ ਕਲਿੱਕ ਨਾ ਕਰੋ ਨਾ ਸ਼ੇਅਰ ਕਰੋ, ਜਾਂ ਕੋਈ OTP ਆਉਂਦਾ ਤੁਹਾਡੇ ਉਹਨੂੰ ਵੀ ਕਿ ਦੱਸੋ ਨਾ ਕਿ ਸ਼ੇਅਰ ਨਾ ਕਰੋ।
ਤੇ ਆਨਲਾਈਨ ਟ੍ਰਾਂਜੈਕਸ਼ਨਾਂ ਜਿਹੜੀਆਂ ਹੈਗੀਆਂ ਇਹ ਜੇ ਫਾਇਦੇ ਹੈਗੇ ਤਾਂ ਨੁਕਸਾਨ ਵੀ ਬਹੁਤ ਹੈ। ਜਿੱਦਾਂ ਇਹਨਾਂ ਨਾਲ ਵਾਪਰਿਆ, ਇਹਨਾਂ ਨੂੰ ਕੀ ਪਤਾ ਜੀ ਵੀ ਆਈ ਉਹ ਸਾਰੀ ਉਮਰ ਦੀ ਜਿਹੜੀ ਕਮਾਈ ਜੋੜ ਕੇ ਰੱਖੀ ਸੀ ਇੱਦਾਂ ਹੋ ਜਾਣਾ ਸਾਡੇ ਨਾਲ। ਤਾਂ ਸਾਡੀ ਮੇਰੀ ਇਹੀ ਮੰਗ ਹੈ, ਯੂਨੀਅਨ ਤਾਂ ਪ੍ਰਧਾਨ ਹਾਂ ਮੈਂ ਤੇ BBMP ਦੇ ਵਿੱਚ, ਤੇ ਮੰਗ ਹੈ ਪ੍ਰਸ਼ਾਸਨ ਦੇ ਅੱਗੇ ਵੀ ਇਹਨਾਂ ਨੂੰ ਜਿਹੜਾ ਇਹਨਾਂ ਦਾ ਪੈਸਾ ਜਲਦ ਤੋਂ ਜਲਦ ਦਵਾਇਆ ਜਾਏ। ਸਰ ਮੈਂ ਉਹ ਮੇਰੇ FD ਕਰਵਾਈ ਸੀਗੀ ਮਿਊਚਲ ਫੰਡ ਦੀ, ਤੇ ਉਹ ਪਤਾ ਨਹੀਂ ਕੀ ਹਿਸਾਬ ਲੱਗਿਆ, ਨਵੰਬਰ ਮਹੀਨੇ ਤੋਂ ਪੈਸੇ ਕੱਟਣੇ ਸ਼ੁਰੂ ਹੋ ਗਏ ਆਪਣੇ ਆਪ। ਮੈਨੂੰ ਲੱਗਿਆ ਕਿ ਖੋਰੇ FDਆਂ ਰਿਨਿਊ ਹੋ ਰਹੀਆਂ ਤਾਂ ਪੈਸੇ ਕਟੋ ਕੇ ਵਿਚ ਆ ਰਹੇ ਨੇ, ਤੇ ਉਹ ਵਿੱਚ ਕਟਾਉਂਦੇ ਗਏ, ਮੈਨੂੰ ਪਤਾ ਨਹੀਂ ਲੱਗਿਆ, ਮੈਂ ਧਿਆਨ ਹੀ ਵੀ ਨਹੀਂ ਇੰਨਾ ਦਿੱਤਿਆ। ਤੇ ਕੱਲ ਜਦੋਂ ਆ ਕੇ ਪਤਾ ਕੀਤਾ ਤੇ ਕਹਿੰਦੇ ਕਿ 4 ਲੱਖ, 7 ਲੱਖ 20 ਹਜ਼ਾਰ ਰੁਪਇਆ ਉੜ ਗਿਆ ਵਾ, ਤੇ ਹੁਣ ਆਪਾਂ ਇਨਸਾਫ ਚਾਹੁੰਦੇ ਹਾਂ, ਲਾਈਫ ਵਿੱਚ ਪੈਸੇ ਵਾਪਸ ਮਿਲਣ।